पवित्र स्थान समाधा दे इस पवित्र स्थान पर अज नाभ कंवल राजा साहब का जो उन्हां दी बरसी मनाई जा रही है। इस मौके पर जिथे असी राजा साहब याद करते हैं उन्हां वलों दिते हुए सानू आशीर्वाद उन्हां वलों दिता होया प्यार इस धरती की चढ़ती कला ने की अरदासा उन्हां वलों जिथे असी उन्हां नूं याद करदे हां उत्थे नाल नाल असी अज भी महसूस करते हैं कि उन्हां दा उही प्यार उही सीसां उन्हां दी साडे ते अज भी बरस रही हैं। और जदों भी असी इस स्थान ते आने सानू जो खुशी मिलती है जो मन नूं शांति मिलती है असी सदा ही महसूस करते हैं कि राजा साहब साडे अंग संग और साडी इस खिते दे विच जे अज खुशहाली है जे अज इस खिते दे विच तरक्की है वो नाभ कंवल राजा साहब जी के उस आशीर्वाद सदका ही है। सो अज सारे असी उन्होंने इस पवित्र स्थान पर नतमस्तक होना आए हैं सारों अज के दिन पर असी जिथे ये अरदास करते हैं कि उन्होंने मनोकामनावान उन्होंने जो भी सोच के इस दरबार पर आया वो राजा साहब पूरिया करन और साडा ये खिता साडा पंजाब साडा देश सदा ही सुखी दसे ये असी सदा ही राजा साहब को आशीर्वाद मांगते हैं। ਰਾਜ ਸਾਹਿਬ ਦੀ ਪਵਿੱਤਰ ਵਰਸੀ ਤੇ ਸਾਡੇ ਪ੍ਰਸਿੱਧ ਜਿਹੜੇ ਬਾਬਾ ਜੀ ਮਹਾਰਾਜ ਜੀ ਵੱਲੋਂ ਜਿਹੜਾ ਸਾਲਾਨਾ ਜਿਹੜਾ ਇੱਥੇ ਮੇਲਾ ਕਰਵਾਇਆ ਜਾਂਦਾ ਉਹ ਬੜਾ ਸ਼ਰਧਾ ਅਤੇ ਭਾਵਨਾ ਨਾਲ ਜਿਹੜਾ ਕਰਵਾਇਆ ਜਾਂਦਾ ਅਤੇ ਮੇਰੇ ਤੋਂ ਪਹਿਲਾਂ ਦਾਤਾ ਵੀ ਦੱਸਿਆ ਕਿ ਸੰਗਤਾਂ ਦੀ ਰਾਜ ਸਾਹਿਬ ਨੂੰ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਮੰਗੀ ਸੀ ਉਸੇ ਤੋਂ ਵੱਧ ਜਿਹੜੀ ਉਹ ਦੇਸ਼ਾਂ ਵਿਦੇਸ਼ਾਂ ਦੇ ਵਾਸਤੇ ਉੱਤੇ ਆ ਕੇ ਮੰਗੀਆਂ ਲੱਖ ਪ੍ਰਾਪਤ ਹੁੰਦੀਆਂ ਅਤੇ ਆਪਣੀਆਂ ਜਿਹੜੀਆਂ ਸਿੱਖਾਂ ਨੂੰ ਪ੍ਰਾਪਤ ਮੰਗ ਕੇ ਕਰਦੀਆਂ ਹੈ ਉਹਨਾਂ 'ਤੇ ਰਾਜ ਸਾਹਿਬ ਦਾ ਜਿਹੜਾ ਹਮੇਸ਼ਾ ਹੀ ਆਸ਼ੀਰਵਾਦ ਜਿਹੜਾ ਬਣਿਆ ਰਹਿੰਦਾ। ਉਸੇ ਤਰ੍ਹਾਂ ਮੈਂ ਅੱਜ ਰਾਜ ਸਾਹਿਬ ਨੂੰ ਜਿੱਥੇ ਯਾਦ ਕਰਦਾ ਉੱਥੇ ਰਾਜ ਸਾਹਿਬ ਤੋਂ ਆਸ਼ੀਰਵਾਦ ਵੀ ਮੰਗਦਾ ਕਿ ਇਸ ਧਰਤੀ 'ਤੇ ਜਿਹੜੇ ਜਿੰਨੇ ਵੀ ਉਹਨਾਂ ਨੂੰ ਮੰਨਣ ਵਾਲੀ ਸੰਖਿਆ ਉਹਨਾਂ ਦੇ ਸਿੱਖੇ ਜਿਹੜਾ ਬਿਹਤ ਰਿਹਾ ਹੱਥ ਰੱਖਣ ਅਤੇ ਇਹ ਇਲਾਕਾ ਜਿਹੜਾ ਹਮੇਸ਼ਾ ਹੀ ਤਰੱਕੀ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਬਲੀ ਕਰ ਭਲੀ। ਧੰਨ ਧੰਨ ਸ਼੍ਰੀ ਹਜ਼ੂਰ 108 ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਦਾਸ ਧੰਨ ਧੰਨ ਲਾਲਾ ਹਰੀ ਚੰਦ ਬਲੀ ਦੇ ਸਥਾਨ ਪਿੰਡ ਝਿੰਗੜਾ ਤੋਂ ਸਮੂਹ ਸਤਸੰਗ ਨੂੰ ਬੇਨਤੀ ਕਰਦਾ ਹੈ ਕਿ ਰਾਜਾ ਸਾਹਿਬ ਦੀ 82ਵੀਂ ਬਰਸੀ ਮਹਾਰਾਜ ਦੇ ਸਥਾਨ 'ਤੇ ਮਨਾਈ ਜਾ ਰਹੀ ਹੈ। 29 ਤਰੀਕ ਨੂੰ 52 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਜਿਸ ਦੇ ਵਿੱਚ 31 ਅਗਸਤ ਨੂੰ ਭੋਗ ਪਾਏ ਜਾਣਗੇ ਅਤੇ ਦੂਜੀ ਲੜੀ 31 ਅਗਸਤ ਨੂੰ 52 ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 2 ਸਤੰਬਰ ਨੂੰ ਪਾਏ ਜਾਣਗੇ ਅਤੇ 31 ਅਗਸਤ ਰਾਤ ਨੂੰ ਜਿਸ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਭੁਪਿੰਦਰ ਮਾਹੀ ਅਤੇ ਆਪਣੇ ਵਰਿੰਦਰ ਢਿੱਲੋਂ ਫਿਰੋਜ਼ ਖਾਨ ਜੀ ਧਾਰਮਿਕ ਹਾਜ਼ਰੀ ਭਰਨਗੇ। ਇਸੇ ਤਰ੍ਹਾਂ ਜੀ 2 ਨੂੰ ਭੋਗ ਪੈ ਕੇ ਆਪਣੇ ਦੀਵਾਨ ਸਜਣਗੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਬਾਕੀ ਦੇ ਇਸ ਸਥਾਨ 'ਤੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਰਾਜਾ ਬਲੀ ਕਰ।